ਦੀਵੇ ਸਾਹਿਬ ਤੁਸੀਂ ਹਲਕਾ ਉਤਰੀ ਦੇ ਵੋਟਰਾਂ ਨੂੰ ਆਪਣਾ ਲਈ ਵੋਟ ਪਾਣ ਲਈ ਕਿਉਂ ਸਾਹਿਤ ਕਰ ਰਹੇ ਹੋ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਜੀ ਪਾਰਟੀ ਨੇ ਟਿਕਟ ਦਿੱਤੀ ਹੈ ਸੇਵਾ ਕਰਨ ਦੀ ਇਲਾਕੇ ਦੀ ਜ਼ਿੰਮੇਵਾਰੀ ਸੰਭਾਲਣ ਦੀ ਗੱਲ ਕੀਤੀ ਹੈ ਤੇ ਮੈਂ ਜਿਹੜਾ ਪਿਛਲੇ 10 ਸਾਲ ਤੋਂ ਸਦਾ ਸਿਮਰਜੀਤ ਸਿੰਘ ਬੈਤ ਤੇ ਸਾਡੀ ਸਮੁੱਚੀ ਟੀਮ ਜਿਹੜੀ ਲੋਕਾਂ ਦੇ ਹਿੱਤਾਂ ਦੇ ਉੱਤੇ ਪਹਿਰਾ ਦਿੰਦੀ ਆ ਰਹੀ ਹੈ ਵਿਧਾਨ ਸਭਾ ਦੇ ਅੰਦਰ ਹੋਵੇ ਜਾਂ ਵਿਧਾਨ ਸਭਾ ਦੇ ਬਾਹਰ ਤੇ ਡਟ ਕੇ ਲੋਕ ਇਤਾਂ ਦੇ ਪਹਿਰੇਦਾਰੀ ਕੀਤੀ ਹੈ ਚਾਹੇ ਉਹ ਰੇਤ ਦਾ ਮਾਮਲਾ ਹੋਵੇ ਚਾਹੇ ਕੇਵਲ ਮਾਫੀਆ ਹੋਵੇ ਚਾਹੇ ਹਸਪੀਟਲਾਂ ਦੇ ਵਿੱਚ ਗਰੀਬਾਂ ਦੀ ਹੁੰਦੀ ਲੁੱਟ ਤੇ ਹਰ ਮੋਰਚੇ ਦੇ ਉੱਤੇ ਪਹਿਰਾ ਦਿੱਤਾ ਹੈ ਤੇ ਉਸ ਚੀਜ਼ ਨੂੰ ਮੁੱਖ ਰੱਖ ਕੇ ਅੱਜ ਵੋਟਰਾਂ ਦੇ ਵਿੱਚ ਜਾ ਰਹੇ ਅਸੀਂ ਵੋਟਰ ਪਿਆਰ ਦੇ ਰਿਹਾ ਤੇ ਵੋਟਰਾਂ ਦੇ ਮਨ ਦੇ ਵਿੱਚ ਆ ਵੀ ਜਿਹੜੇ 44 44 ਐਮਐਲਏ ਲੈ ਕੇ ਆਪੋਜੀਸ਼ਨ ਦੇ ਵਿੱਚ ਕਾਂਗਰਸ ਪਾਰਟੀ ਬੈਠੀ ਐ ਤੇ ਅੱਖਾਂ ਤੇ ਪੱਟੀ ਬੰਨ ਕੇ ਮੂੰਹ ਤੇ ਪੱਟੀ ਬੰਨ ਕੇ ਤੇ ਪੰਜਾਬੀਆਂ ਦੀ 10 ਸਾਲ ਲੁੱਟ ਹੁੰਦੀ ਦੇਖੀ ਇਹਨਾਂ ਨੇ ਤੇ ਵੀ ਉਹ ਇੱਕ ਸ਼ਬਦ ਤੱਕ ਨਹੀਂ ਬੋਲੇ ਤੇ ਉਹਨੂੰ ਮੁੱਕ ਰੱਖ ਕੇ ਅੱਜ ਜਿਹੜੇ ਲੋਕ ਐ ਹਲਕੇ ਦੇ ਤੇ ਪੰਜਾਬ ਦੇ ਵਸਨੀਕ ਐ ਜਿਹੜੇ ਤੇ ਆਮ ਆਦਮੀ ਪਾਰਟੀ ਤੇ ਲੋਕਨ ਸਾਹਿਬ ਪਾਰਟੀ ਨੂੰ ਪਿਆਰ ਕਰ ਰਿਆ ਵੀ ਜੇ ਪਹਿਰੇਦਾਰੀ ਕੀਤੀ ਐ ਨਾ ਲੋਕਹਿਤਾ ਦੀ ਤਾਂ ਸਰਦਾਰ ਸਿਮਰਜੀਤ ਸਿੰਘ ਬਾਦਲ ਤੇ ਸਮੁੱਚੀ ਟੀਮ ਨੇ ਕੀਤੀ ਐ ਤੇ ਉਸ ਚੀਜ਼ ਨੂੰ ਮੁੱਖ ਰੱਖ ਕੇ ਅਸੀਂ ਵੋਟਰਾਂ ਦੇ ਵਿੱਚ ਜਾ ਰਹੇ ਹਾਂ ਹਲਕੇ ਦੇ ਵਿੱਚ ਜਾ ਰਹੇ ਹਾਂ ਤੇ ਲੋਕ ਪਿਆਰ ਦੇ ਰਹੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆਪ ਲੱਗੇ ਹੋਏ ਆ ਚੋਣ ਪ੍ਰਚਾਰ ਕਰ ਰਹੇ ਆ ਮੀਟਿੰਗਾਂ ਕਰ ਰਹੇ ਆ ਡੋਰ ਟੂ ਡੋਰ ਜਾ ਰਹੇ ਆ ਤੇ ਲੋਕਾਂ ਦੇ ਵਿੱਚ ਇੱਕ ਚੇਂਜ ਦਾ ਬੜਾ ਵੱਡਾ ਉਤਸ਼ਾਹ ਹੈ ਤੇ ਲੋਕ ਉਡੀਕ ਰਿਹਾ ਚਾਰ ਫਰਵਰੀ ਵੀ ਵੀ ਜਿਹੜਾ 70 ਸਾਲ ਇਹਨਾਂ ਲੋਕਾਂ ਨੇ ਖਲਵਾੜ ਕੀਤਾ ਨਾ ਭਾਵਨਾਵਾਂ ਦੇ ਨਾਲ ਨਾ ਕੋਈ ਏਰੀਆ ਦੇ ਵਿੱਚ ਸਰਕਾਰੀ ਹਸਪੀਟਲ ਹੈ ਨਾ ਕੋਈ ਸਰਕਾਰੀ ਸਕੂਲ ਤੇ ਕਾਲਜ ਹੈ ਨਾ ਕੋਈ ਸਟੇਡੀਅਮ ਹੈ ਤਾਂ ਦਿੱਤਾ ਸਿਰਫ ਤਾਂ ਸਿਰਫ 70 ਸਾਲ ਦੇ ਵਿੱਚ ਪਵਿੱਤਰ ਦਰਿਆ ਬੁੱਢੇ ਨਾਲੇ ਨੂੰ ਗੰਦਗੀ ਦਾ ਡੰਪ ਬਣਾ ਕੇ ਦਿੱਤਾ ਸਾਡੇ ਵਿਧਾਨ ਸਭਾ ਹਲਕਾ ਉਤਰੀਆ ਤੇ 2 ਲੱਖ ਵੋਟਰ ਗੰਦਗੀ ਦੇ ਢੇਰ ਦੇ ਉੱਤੇ ਬੈਠਾ ਹੋਇਆ ਤੇ ਅੱਜੇ ਸੁੱਤੇ ਹੋਏ ਆ ਅੱਜ ਫੇਰ ਵੋਟਾਂ ਮੰਗਣ ਆਏ ਆ ਲੋਕਾਂ ਕੋਲ ਤੇ ਲੋਕ ਇਹਨਾਂ ਨੂੰ ਭੁਜਾਰ ਰਹੇ ਆ ਹੁਣ ਵੀ ਤੁਸੀਂ ਸਾਡਾ ਕੀਤਾ ਕੀ ਹੈ ਤੇ ਮੂੰਹ ਦੀ ਖਾਣੀ ਪੈ ਰਹੀ ਹੈ ਇਹਨਾਂ ਜੇ ਤੁਸੀਂ ਵਿਧਾਇਕ ਬਣ ਗਏ ਤਾਂ ਉਸ ਤੋਂ ਬਾਅਦ ਤੁਸੀਂ ਹਲਕੇ ਵਾਸਤੇ ਕੀ ਕਰੋਗੇ ਮੇਰੀ ਫਰਸਟ ਪ੍ਰਾਇੋਰਟੀ ਹੋਊਗੀ ਜਿਹੜਾ ਗੰਦਗੀ ਦਾ ਢੇਰ ਦਿੱਤਾ ਨਾ ਉਹਨਾਂ ਨੇ ਬੁੱਢਾ ਦਰਿਆ ਉਹਨੂੰ ਗੰਦਾ ਨਾਲੇ ਚ ਤਬਦੀਲ ਕੀਤਾ ਤੇ ਪਹਿਲੀ ਪ੍ਰਾਇੋਰਟੀ ਹੋ ਗਈ ਵੀ ਪਹਿਲੇ 4 ਮਹੀਨੇ ਦੇ ਵਿੱਚ ਕੋਸ਼ਿਸ਼ ਕਰਕੇ ਕੇਜਰੀਵਾਲ ਸਾਹਿਬ ਨੂੰ ਤੇ ਸਦਾ ਸਿਮਰਜੀਤ ਸਿੰਘ ਬੈਂਸ ਕੋਲ ਅਪੀਲ ਕਰਕੇ ਵੀ ਵੱਡੀ ਗਿਣਤੀ ਦੇ ਵਿੱਚ ਬਿਮਾਰੀਆਂ ਦੀ ਚਪੇਟ ਦੇ ਵਿੱਚ ਆ ਲੋਕ ਸੱਤ ਵਾਰ ਦੂਜੇ ਕੰਡੇ ਤੇ ਆ ਸੱਤ ਇੱਕ ਕੰਡੇ ਤੇ ਤੇ 2 ਲੱਖ ਦੀ ਆਬਾਦੀ ਬਿਮਾਰੀਆਂ ਨਾਲ ਜੂਝ ਰਹੀ ਹੈ ਤੇ ਸਭ ਤੋਂ ਪਹਿਲਾਂ ਬੁੱਢੇ ਦਰਿਆ ਨੂੰ ਠੱਕਣ ਦੇ ਪ੍ਰੋਜੈਕਟ ਦੇ ਉੱਤੇ ਪਹਿਲੇ 4 ਮਹੀਨੇ ਦੇ ਵਿੱਚ ਕੰਮ ਸ਼ੁਰੂ ਕਰਾਵਾਂਗੇ ਇਹਨੂੰ ਗ੍ਰੀਨ ਬੈਲਟ ਵਿੱਚ ਤਬਦੀਲ ਕਰਾਂਗੇ ਤੁਸੀਂ ਅਜੀਤ ਵੈਬ ਟੀਵੀ ਦੇ ਪਾਟ ਕਰਨ ਨੂੰ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਮੇਰੀ ਅਪੀਲ ਹੈ ਦਰਸ਼ਕਾਂ ਨੂੰ ਵੀ ਜਿਵੇਂ ਪਛੋਕਰ ਦੇ ਵਿੱਚ ਲੋਕਨ ਸਾਹਿਬ ਪਾਰਟੀ ਨੇ ਤੁਹਾਡੇ ਹਿੱਤਾਂ ਦੇ ਉੱਤੇ ਪਹਿਰਾ ਦਿੱਤਾ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਵੀ ਅੱਗੇ ਤੋਂ ਵੀ ਤੁਹਾਡਾ ਆਸ਼ੀਰਵਾਦ ਹੋਵੇ ਤੁਸੀਂ ਸੇਵਾ ਸੌਂਪ ਰਹੇ ਹੋ ਤੇ ਪੂਰੀ ਸਮੁੱਚੀ ਟੀਮ ਸudar simar ji singh baans balwinder singh baans ਤੇ ਸਮੁੱਚੀ ਟੀਮ ਜੋ ਜਿੰਨੇ ਵੀ ਸਾਡੇ ਉਮੀਦਵਾਰ ਚੋਣ ਲੜ ਰਹੇ ਆ ਤੇ ਵਿਸ਼ਵਾਸ ਦਿਵਾਉਂਦੇ ਆ ਵੀ ਤੁਹਾਡੇ ਹਿੱਤਾਂ ਦੇ ਉੱਤੇ ਜਿਹੜੇ ਡਾਕੇ ਮਾਰਦੇ ਆ ਨਾ ਤੇ ਪੂਰੀ ਤੰਦ ਹੀ ਨਾਲ ਪਹਰਾ ਦੇਾਂਗੇ ਉਹਦੇ ਉੱਤੇ